ਘਰ ਦੇ ਬਾਹਰ ਇੱਕ ਲੁਟੇਰੇ ਦੇ ਵੱਲੋਂ ਔਰਤ ਦਾ ਪਰਸ ਝਪਟਿਆ ਗਿਆ ਜਦੋਂ ਉਹ ਸਕੂਟੀ ਤੇ ਸਵਾਰ ਹੁੰਦੀ ਹੈ। ਗਲੀ ਦੇ ਵਿੱਚ ਲੰਘ ਰਹੇ ਲੁਟੇਰੇ ਦੇ ਵੱਲੋਂ ਮੌਕੇ ਦਾ ਫਾਇਦਾ ਚੁੱਕਿਆ ਗਿਆ, ਆਪਣੇ ਸਾਥੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਰਸ ਦੇ ਵਿੱਚ ਸੋਨੇ ਦੀਆਂ ਅੰਗੂਠੀਆਂ ਅਤੇ ਮੋਬਾਈਲ ਫੋਨ ਸੀ। ਸਕੂਟੀ ਤੇ ਦੋ ਜਾਣੇ ਸਵਾਰ ਸੀ। ਜਿਉਂ ਹੀ ਘਰ ਦੇ ਮੂਹਰੇ ਪਹੁੰਚਦੇ ਨੇ ਤਾਂ ਲੁਟੇਰਾ ਇੱਕਦਮ ਉਹਨਾਂ ਤੇ ਧਾਵਾ ਬੋਲ ਦਿੰਦਾ, ਪਰਸ ਝਪਟ ਕੇ ਰਫੂ ਚੱਕਰ ਹੋ ਜਾਂਦਾ। ਭਾਵੇਂ ਕਿ ਇੱਕ ਔਰਤ ਵੱਲੋਂ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਲੁਟੇਰਾ ਜੱਦੋ ਜਹਿਦ ਕਰਦਾ ਉੱਥੋਂ ਫਰਾਰ ਹੋ ਜਾਂਦਾ। ਤਾਂ ਪੁਲਿਸ ਨੇ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਇਸ ਦਾ ਮੁੱਖ ਮੁਲਜ਼ਮ ਅਤੇ ਉਸ ਦਾ ਸਾਥੀ ਗ੍ਰਿਫਤਾਰ ਕਰ ਲਿਆ। ਮਾਮਲਾ ਅੰਮ੍ਰਿਤਸਰ ਬਟਾਲਾ ਰੋਡ ਤੋਂ ਸਾਹਮਣੇ ਆਇਆ। ਫੜੇ ਗਏ ਆਰੋਪੀ ਤੇ ਪਹਿਲਾਂ ਵੀ ਕਈ ਕੇਸ ਦਰਜ ਨੇ, ਹਾਲੇ 2 ਮਹੀਨੇ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ। ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ ਚੌਂਕੀ ਵਿਜੇ ਨਗਰ 24 ਤਰੀਕ ਦੀ ਰਾਤ ਨੂੰ ਕਰੀਬ 9:30 ਵਜੇ ਇੱਕ ਵਾਰਦਾਤ ਹੋਈ ਸੀ, ਜਿਸ ਵਿੱਚ ਸਿਧਾਰਥ ਮਹਾਜਨ ਜੋ ਕਿ ਗੋਕਲ ਐਵਨਿਊ ਦਾ ਰਹਿਣ ਵਾਲਾ, ਉਹ ਐਕਟਿਵਾ 'ਤੇ ਆਪਣੀ ਵਾਈਫ ਦੇ ਨਾਲ ਕਿਤੋਂ ਬਾਹਰੋਂ ਆਪਣੇ ਘਰ ਜਦੋਂ ਪਹੁੰਚਦੇ ਨੇ ਤਾਂ ਘਰ ਦੇ ਬਾਹਰ ਜਦੋਂ ਉਹ ਐਕਟਿਵਾ ਅੰਦਰ ਜਾਣ ਲਈ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਦੋ ਅਣਪਛਾਣੇ ਅਤੇ ਨੌਜਵਾਨ ਮੋਟਰਸਾਈਕਲ ਦੇ ਆਉਂਦੇ ਹਨ ਅਤੇ ਸਿਧਾਰਥ ਮਹਾਜਨ ਇਹਨਾਂ ਦੀ ਵਾਈਫ ਜੋ ਕਿ ਉਸ ਸਮੇਂ ਉਹਨਾਂ ਦੇ ਨਾਲ ਹੀ ਸੀ, ਉਹਨਾਂ ਕੋਲੋਂ ਪਰਸ ਖੋਹ ਕੇ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਅਗਲੇ ਦਿਨ ਸਾਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਅਤੇ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਅਧੀਨ ਧਾਰਾ 379B2 34 IPC ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਬੜੀ ਹੀ ਮਿਹਨਤ ਦੇ ਨਾਲ ਕੁਛ ਹੀ ਦਿਨਾਂ ਦੇ ਵਿੱਚ ਇਸ ਮੁਕੱਦਮੇ ਦਾ ਜੋ ਮੁੱਖ ਦੋਸ਼ੀ ਹੈ ਜਿਸ ਦਾ ਨਾਮ ਰਕੇਸ਼ ਕੁਮਾਰ ਉਰਫ ਕੇਸ਼ਾ ਜੋ ਕਿ ਐਨਮ ਸਨੇਨਾ ਦੀ ਬੈਕ ਸਾਈਡ ਦਾ ਰਹਿਣ ਵਾਲਾ ਵਾ, ਇਸ ਨੂੰ ਟਰੇਸ ਕਰ ਲਿਆ ਸੀ ਅਤੇ ਅੱਜ ਅਸੀਂ 4 ਦਿਨ ਦੇ ਵਿੱਚ ਇਹ ਮੁਕੱਦਮਾ ਦਾ ਮੁੱਖ ਦੋਸ਼ੀ ਕੇਸ਼ਾ ਇਸ ਨੂੰ ਅਰੈਸਟ ਕਰ ਲਿਆ ਵਾ ਅਤੇ ਇਸ ਕੋਲੋਂ ਜੋ ਪਰਸ ਖੋਹਿਆ ਗਿਆ ਸੀ ਉਸ ਵਿੱਚ 4 ਡਾਇਮੰਡ ਦੀਆਂ ਮੁੰਦਰੀਆਂ ਸਨ, ਇੱਕ ਮੋਬਾਈਲ ਫੋਨ ਸੀ ਅਤੇ ਚਾਰੇ ਜਿਹੜੀਆਂ ਡਾਇਮੰਡ ਦੀਆਂ ਮੁੰਦਰੀਆਂ ਉਹ ਇਸ ਕੋਲੋਂ ਰਿਕਵਰ ਕਰ ਲਈਆਂ ਗਈਆਂ ਨੇ। ਜੋ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਹੈ ਉਹ ਵੀ ਇਹਨਾਂ ਕੋਲੋਂ ਬਰਾਮਦ ਕਰ ਲਿਆ ਗਿਆ ਵਾ ਅਤੇ ਨਾਲ ਇਸ ਦਾ ਜੋ ਦੂਸਰਾ ਦੋਸ਼ੀ ਸੀ ਜੋ ਉਸ ਸਮੇਂ ਮੋਟਰਸਾਈਕਲ ਚਲਾ ਰਿਹਾ ਸੀ ਸਾਹਿਲ ਪੁੱਤਰ ਤਿਲਕਰਾਜ ਉਰਫ ਸ਼ਿੰਦਾ ਜੋ ਕਿ ਐਨਮ ਸਿਨੇਮਾ ਦੀ ਬੈਕ ਸਾਈਡ ਦਾ ਰਹਿਣ ਵਾਲਾ ਵਾ, ਇਹਨਾਂ ਦੋਨੋਂ ਦੋਸ਼ੀਆਂ ਨੂੰ ਅਸੀਂ ਅਰੈਸਟ ਕਰ ਲਿਆ ਵਾ ਅਤੇ ਜੋ 4 ਡਾਇਮੰਡ ਦੀਆਂ ਮੁੰਦਰੀਆਂ ਜਿਨ੍ਹਾਂ ਦੀ ਖੋਹ ਕੀਤੀ ਗਈ ਸੀ ਉਹ ਸਾਰੀਆਂ ਬਰਾਮਦ ਕਰ ਲਈਆਂ ਗਈਆਂ ਨੇ। ਇਹ ਵੀ ਦੱਸਣਯੋਗ ਹੈ ਕਿ ਜੋ ਕੇਸ਼ਾ ਹੈ ਪੇਸ਼ੇਵਰ ਕ੍ਰਿਮੀਨਲ ਹੈ, ਇਸ ਦੇ ਖਿਲਾਫ਼ ਪਹਿਲਾਂ ਵੀ 10 ਮੁਕੱਦਮੇ ਅਲੱਗ ਅਲੱਗ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਸਨੈਚਿੰਗਾਂ ਦੇ ਦਰਜ ਨੇ। ਸੋ ਇੱਕ ਬੜਾ ਹੀ ਖੁੰਖਾਰ ਕ੍ਰਿਮੀਨਲ ਸੀਗਾ ਜੋ ਕਿ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਸਨੇ ਫਿਰ ਦੁਬਾਰਾ ਇੱਕ ਨਵੀਂ ਵਾਰਦਾਤ ਕੀਤੀ ਹੈ। ਸੋ ਇਸ ਦਾ ਹੁਣ ਅਸੀਂ ਰਿਮਾਂਡ ਲੈ ਕੇ ਦੋਨਾਂ ਕੋਲੋਂ ਅਗਲੇਰੀ ਪੁੱਛਗਿੱਛ ਕਰਾਂਗੇ ਅਤੇ ਇਹਨਾਂ ਵੱਲੋਂ ਹੋਰ ਵੀ ਵਾਰਦਾਤਾਂ ਕੀਤੀਆਂ ਹੋ ਸਕਦੇ ਨੇ, ਉਹਨਾਂ ਬਾਰੇ ਵੀ ਡਿਟੇਲ 'ਚ ਜਾਣਕਾਰੀ ਲਵਾਂਗੇ ਜੀ। ਇਹਨਾਂ ਵੱਲੋਂ ਜੋ ਇਹ ਵਾਰਦਾਤ ਆ ਇਸ ਵਿੱਚ ਹੀ ਦਾਤਰ ਵਗੈਰਾ ਦਾ ਵੀ ਇਸਤੇਮਾਲ ਕਰਦੇ ਸਨ ਅਤੇ ਹਜੇ ਤੱਕ ਦਾਤਰ ਦੀ ਰਿਕਵਰੀ ਨਹੀਂ ਹੋਈ, ਉਹਦੇ ਬਾਰੇ ਵੀ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ।